ਕੀ ਤੁਹਾਡੀ ਗੱਡੀ ਤੇ ਵੀ ਲੱਗਿਆ ਹੈ ਫਾਸਟ ਟੈਗ? ਹੁਣ ਪੇਟੀਐਮ ਫਾਸਟ ਟੈਗ ਬਣਾਉਣਾ ਹੋ ਗਿਆ ਔਖਾ। ਤਾਂ ਤੁਹਾਨੂੰ ਪੂਰਾ ਮਾਮਲਾ ਸਮਝਾਉਂਦੇ ਹਾਂ। ਦਰਅਸਲ ਇਹ ਕੀਤਾ ਹੋਇਆ ਕਿ ਲੋਕਾਂ ਨੂੰ ਜਿਹੜਾ ਟ੍ਰੈਫਿਕ ਦੇ ਵਿੱਚ ਜ਼ਿਆਦਾ ਦਿੱਕਤ ਨਾ ਆਵੇ, ਜਿਸ ਦੇ ਚੱਲਦਿਆਂ ਟੋਲ ਟੈਕਸਾਂ ਦੇ ਅਤੇ ਜਿਹੜਾ ਆਸਾਨੀ ਦੇ ਨਾਲ ਤੁਸੀਂ ਨਿਕਲ ਸਕੋ, ਉਸ ਦੇ ਲਈ ਫਾਸਟ ਟੈਗ ਬਣਾਇਆ ਗਿਆ ਸੀ। ਇਹ ਜਿਹੜੀਆਂ ਗੱਡੀਆਂ ਅਤੇ ਜਿਹੜੇ ਸਾਧਨਾਂ 'ਤੇ ਫਾਸਟ ਟੈਗ ਲੱਗਿਆ ਹੁੰਦਾ, ਉਹਨਾਂ ਨੂੰ ਉੱਥੇ ਖੜ੍ਹ ਕੇ ਪੈਸੇ ਕਟਵਾਉਣ ਦੇ ਵਿੱਚ, ਪਰਚੀ ਕਟਵਾਉਣ ਦੇ ਵਿੱਚ ਸਮਾਂ ਖਰਾਬ ਨਹੀਂ ਕਰਨਾ ਪੈਂਦਾ। ਆਪਣਾ ਫਾਸਟ ਟੈਗ ਆ ਜਿਹੜਾ ਸਕੈਨ ਕਰਵਾਉਂਦੇ ਨੇ ਅਤੇ ਉੱਥੋਂ ਨਿਕਲ ਜਾਂਦੇ ਨੇ। ਪਰ ਹੁਣ ਫਾਸਟ ਟੈਗ ਬਣਵਾਉਣਾ ਜਿਹੜਾ ਉਹ ਥੋੜ੍ਹਾ ਔਖਾ ਹੋ ਗਿਆ, ਖਾਸ ਕਰਕੇ ਪੇਟੀਐਮ ਫਾਸਟ ਟੈਗ ਬਣਾਉਣਾ ਜਿਹੜਾ ਉਹ ਹੁਣ ਆਸਾਨ ਨਹੀਂ ਰਿਹਾ। ਦਰਅਸਲ ਜਿਹੜਾ NHAI ਆ, ਯਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਉਸ ਦੇ ਵੱਲੋਂ ਜਿਹੜਾ ਉਹ ਪੇਟੀਐਮ ਬੈਂਕ ਦੇ ਵੱਲੋਂ ਜਿਹੜਾ ਫਾਸਟ ਟੈਗ ਬਣਾਇਆ ਜਾਂਦਾ ਸੀ, ਉਸ 'ਤੇ ਪਾਬੰਦੀ ਲਗਾ ਦਿੱਤੀ ਆ, ਕਿਉਂਕਿ ਕੁਛ ਸਮਾਂ ਪਹਿਲਾਂ IHMCL ਦੇ ਵੱਲੋਂ ਉਹ ਜਿਹੜਾ ਟੋਲ ਦੇ ਨਾਲ ਜੁੜੇ ਮਾਮਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਪੇਟੀਐਮ ਨੂੰ ਉਹ ਜਿਹੜਾ ਉਹਨਾਂ ਦੇ ਵੱਲੋਂ ਨੋਟਿਸ ਵੀ ਭੇਜਿਆ ਗਿਆ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਹੜਾ ਸੇਵਾ ਪੱਧਰ ਸਮਝੌਤੇ ਦੇ ਲਈ ਪੇਟੀਐਮ ਬੈਂਕ ਦੁਆਰਾ ਨਿਰਧਾਰਿਤ ਮਾਪਦੰਡਾਂ ਅਤੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂਦਾ, ਜਿਸ ਕਰਕੇ ਪੇਟੀਐਮ ਬੈਂਕ ਨੂੰ ਨਵੇਂ ਫਾਸਟ ਟੈਗ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਸੀ ਅਤੇ ਕਾਰਨ ਵੀ ਪੁੱਛਿਆ ਸੀ ਅਤੇ ਕਾਰਵਾਈ ਦੀ ਗੱਲ ਵੀ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਹੁਣ ਪੇਟੀਐਮ ਦੇ ਰਾਹੀਂ ਤੁਸੀਂ ਫਾਸਟ ਟੈਗ ਆ ਜਿਹੜਾ ਉਹ ਨਹੀਂ ਬਣਵਾ ਪਾਉਂਗੇ। ਪੇਟੀਐਮ ਪੇਮੈਂਟ ਬੈਂਕ 'ਤੇ ਇਹ ਪਾਬੰਦੀ ਆ ਜਿਹੜੀ, ਇਹ ਉਹਨਾਂ ਸਾਰੇ ਟੋਲ ਪਲਾਜ਼ਿਆਂ 'ਤੇ ਲਾਗੂ ਰਹੇਗੀ ਜਿਹੜੇ ਨੈਸ਼ਨਲ ਦੇ ਅੰਡਰ ਆਉਂਦੇ ਨੇ, ਨੈਸ਼ਨਲ ਟੋਲ ਦੇ ਨਾਲ ਜਿਨ੍ਹਾਂ ਦਾ ਕਨੈਕਸ਼ਨ ਆ ਉਹਨਾਂ 'ਤੇ ਜਿਹੜੀ ਇਹ ਪਾਬੰਦੀ ਆ ਇਹ ਰਹਿਣ ਵਾਲੀ ਆ। ਅਸਲ ਦੇ ਵਿੱਚ ਫਾਸਟ ਟੈਗ ਹੁੰਦਾ ਕੀ ਆ? ਪਹਿਲਾਂ ਲੰਮਾ ਸਮਾਂ ਲਾਈਨ ਦੇ ਵਿੱਚ ਖੜ੍ਹ ਕੇ ਟੋਲ ਅਦਾ ਕਰਨਾ ਪੈਂਦਾ ਸੀ, ਪਰ ਹੁਣ ਤਕਨੀਕੀ ਯੁੱਗ ਆ ਚੁੱਕਿਆ, ਹਰ ਇੱਕ ਚੀਜ਼ ਦੇ ਵਿੱਚ ਟੈਕਨੀਕਲ ਚੀਜ਼ਾਂ 'ਤੇ ਸੁਧਾਰ ਹੈ ਜਿਹੜਾ ਉਹ ਕੀਤਾ ਜਾਂਦਾ, ਜਿਸ ਦੇ ਚੱਲਦਿਆਂ ਫਾਸਟ ਟੈਗ ਲਿਆਂਦਾ ਗਿਆ। ਫਾਸਟ ਟੈਗ ਦੀ ਮਦਦ ਦੇ ਨਾਲ ਲੋਕ ਕੁਝ ਕੁ ਮਿੰਟਾਂ ਦੇ ਵਿੱਚ ਹੀ ਜਿਹੜਾ ਟੋਲ ਦਾ ਭੁਗਤਾਨ ਆ ਉਹ ਕਰ ਦਿੰਦੇ ਨੇ, ਯਾਨੀ ਕਿ ਜਦੋਂ ਤੁਸੀਂ ਆਪਣਾ ਫਾਸਟ ਟੈਗ ਟੋਲ 'ਤੇ ਜਾ ਕੇ ਸਕੈਨ ਕਰਵਾਉਣੇ ਹੋ ਤਾਂ ਆਟੋਮੈਟਿਕ ਔਨਲਾਈਨ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਨੇ ਜਿਹੜੇ ਉਹ ਬਣਦੇ ਕੱਟ ਲਏ ਜਾਂਦੇ ਨੇ ਅਤੇ ਤੁਹਾਨੂੰ ਜਿਹੜਾ ਉੱਥੋਂ ਲੰਘਣ ਦੇ ਦਿੱਤਾ ਜਾਂਦਾ, ਜਿਸ ਦੇ ਚੱਲਦਿਆਂ ਜਿਹੜਾ ਲੋਕਾਂ ਨੂੰ ਕਾਫੀ ਆਸਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਘੰਟਿਆਂ ਬੱਧੀ ਜਾਂ ਲੰਮੇ ਸਮੇਂ ਤੱਕ ਜਿਹੜੇ ਨਾ ਤਾਂ ਜਾਮ ਲੱਗਦੇ ਨੇ ਅਤੇ ਨਾ ਹੀ ਤੁਹਾਨੂੰ ਲਾਈਨਾਂ ਦੇ ਵਿੱਚ ਖੜ੍ਹਨਾ ਪੈਂਦਾ। ਪਰ ਜਿਹੜੇ ਲੋਕ ਨੇ ਹਜੇ ਜਿਹੜਾ ਫਾਸਟ ਟੈਗ ਆ ਨਹੀਂ ਲਵਾਇਆ, ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੇਟੀਐਮ ਦੇ ਥਰੂ ਉਹ ਜਿਹੜਾ ਫਾਸਟ ਟੈਗ ਨੂੰ ਉਹ ਆਪਣੇ ਨੂੰ ਰਿਚਾਰਜ ਕਰਵਾ ਲਈਏ ਜਾਂ ਫਿਰ ਨਵਾਂ ਲਵਾ ਲਈਏ, ਤਾਂ ਉਸ 'ਤੇ ਜਿਹੜੀ ਹੁਣ ਪਾਬੰਦੀ ਆ ਉਹ ਲਗਾ ਦਿੱਤੀ ਗਈ ਆ।